ਤੰਦੂਰ ਦਾ ਕੰਮ ਤੇ ਸਾਡੇ ਕੋ ਵੱਡੇ ਕਰਨ ਦੇ ਕਿੰਨੇ ਚਿਰ ਦੇ 40-50 ਸਾਲ ਹੋ ਗਏ ਇੱਥੇ ਤੇ ਤੰਦੂਰ ਦੇ ਜਿਹੜੇ ਫਾਇਦੇ ਆ ਅੱਜ ਕੱਲ੍ਹ ਜੇ ਸਮਝਦੇ ਨਹੀਂ ਨਾ ਫਾਇਦਾ ਤਾਂ ਬਹੁਤ ਇਹਦਾ ਜਿਹੜੇ ਰੋਟੀ ਖਾਂਦੇ ਮਤਲਬ ਕਿ ਅੱਜ ਕੱਲ੍ਹ ਰੋਟੀ ਦਾਰਾ ਸਿੰਘ ਵੀ ਖਾਂਦਾ ਹੁੰਦਾ ਸੀ ਉਹ ਵੀ ਭਲਵਾਨ ਸੀ ਇਸੇ ਰੋਟੀ ਦੇ ਆਪਣੇ ਮਤਲਬ ਕਿ ਪੰਜਾਬ ਤੋਂ ਗਿਆ ਸੀ ਤਾਂ ਉਹ ਰੋਟੀ ਦਾ ਬੜਾ ਸ਼ੌਕੀਨ ਕਿਉਂਕਿ ਮਿੱਟੀ ਇਸ ਤਰ੍ਹਾਂ ਦੀ ਇਹ 'ਚ ਤਾਕਤ ਆਪਣੇ ਆਪ ਜ਼ਰੂਰ ਹੁੰਦੀ ਆ ਮੱਖਣ ਲਾਣਾ ਭਾਜੀ ਮਾੜਾ ਮਾੜਾ ਮੱਖਣ ਤੰਦੂਰ ਜੀ ਦੇਖੋ ਤੁਸੀਂ ਇੱਥੇ ਬੈਠੇ ਰਹੇ ਤੰਦੂਰੀ ਕੁਲਚਾ ਅਸੀਂ ਖਾ ਰਹੇ ਹਾਂ ਤੰਦੂਰ ਨਾਂ ਦੀ ਜਿਹੜੀ ਚੀਜ਼ ਹੈ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਤੰਦੂਰੀ ਚਿਕਨ ਖਾਓ ਤੰਦੂਰੀ ਕੁਲਚਾ ਖਾਓ ਕੋਈ ਵੀ ਤੰਦੂਰੀ ਖਾਓ ਬਹੁਤ ਹੈਲਦੀ ਔਰ ਫਰੈਸ਼ ਤੁਹਾਨੂੰ ਮਾਲ ਮਿਲੇਗਾ ਇੱਥੇ ਸਾਰਾ ਕੁਛ ਮੈਂ ਕਮ ਸੇ ਕਮ 15 ਸਾਲ ਹੋ ਗਏ ਅਸੀਂ ਇੱਥੋਂ ਡੇਲੀ ਕੁਲਚਾ ਖਾਣ ਆਉਂਦੇ ਹਾਂ ਜੀ ਔਰ ਸਾਨੂੰ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਓਇਲੀ ਹੈ ਨਾ ਕੋਈ ਬਹੁਤ ਜ਼ਿਆਦਾ ਹੈਗਾ ਤੰਦੂਰ ਜੀ ਇਹਦੇ ਨਾਲ ਚਿਕਨ ਦਾ ਟੇਸਟ ਦਾ ਬੜਾ ਫਰਕ ਪੈਂਦਾ ਜੀ ਇਹ ਜਿਹੜਾ ਅਸੀਂ ਰਾਮ ਤਲਾਈ ਤੋਂ ਲੈਂਦੇ ਹਾਂ ਇਹ ਤਿਆਰ ਕਰਾਉਣਾ ਪੈਂਦਾ 15 ਤੋਂ 20 ਦਿਨ ਪਹਿਲਾਂ ਤਿਆਰ ਕਰਾਉਣਾ ਪੈਂਦਾ ਜੀ ਇਹ ਇੱਕ ਚਿਕਨੀ ਮਿੱਟੀ ਹੁੰਦੀ ਉਹਦਾ ਬਣਦਾ ਜੀ ਇਹਦੇ ਵੱਖਰੀ ਤਰ੍ਹਾਂ ਦੀ ਮਿੱਟੀ ਉਹਦਾ ਬਣਦਾ